ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਚਾਓ ਐਂਡ ਹੈਲੋ। ਸੋ ਅੱਜ ਆਪਾਂ ਇਹ ਨਿਊ ਗੇਮ ਡਾਊਨਲੋਡ ਕੀਤੀ ਆ, ਜਿਸ ਦਾ ਨਾਮ ਹੈ ਮੈਨ ਆਫ ਵਾਰ ਅਸਲਟ ਸਕਿਓਰਡ 2। ਸੋ ਅੱਜ ਇਸ ਗੇਮ ਨੂੰ ਚਲਾਵਾਂਗੇ, ਖੇਡਾਂਗੇ ਅਤੇ ਸਾਰਾ ਰਿਵਿਊ ਐਂਡ ਇਸ ਦੀ ਸਾਰੀ ਜਾਣਕਾਰੀ ਦੇਵਾਂਗੇ। ਸੋ ਸਭ ਤੋਂ ਪਹਿਲਾਂ ਮੈਂ ਕੰਟੀਨਿਊ ਕਰ ਲਿਆ ਸੀਗਾ। Major, thank goodness you've arrived. The Germans are charging our position. We must hold it at all costs. So, ਇਹ ਹੁਣ ਸਟਾਰਟ ਹੋ ਗਈ ਆ। ਇਹ ਜਿੱਦਾਂ ਕਿ ਵਰਲਡ ਵਾਰ 2 ਸੀ, ਉਦਾਂ ਦੇ ਅਕੋਰਡਿੰਗ ਬਣਾਈ ਹੋਈ ਆ। ਇਹ ਹੁਣ ਆਪਣੇ ਮਿਲ ਗਏ ਸਾਰੇ। ਇਸ ਗੇਮ ਦੇ ਵਿੱਚ ਵੱਖ ਵੱਖ ਫਲੈਗ ਹੁੰਦੇ ਆ। ਵੱਖਰੇ ਫਲੈਗ ਹੁੰਦੇ ਆ, ਸੋ ਫਲੈਗ 'ਤੇ ਆਪਾਂ ਆਪਦਾ ਕਬਜ਼ਾ ਕਰਨਾ ਹੁੰਦਾ। ਆ ਜਿੱਦਾਂ ਕਿ ਸਾਹਮਣੇ ਉਹ ਰੈੱਡ ਵਾਲੇ ਆ ਰਹੇ ਆ, ਇਹ ਦੁਸ਼ਮਣ ਆ। ਸੋ ਇਧਰਲੀ ਸਾਈਡ 'ਤੇ ਆ ਸਾਰਾ ਮਾਈਪ ਆ, ਮੈਪ ਆ। ਸੋ ਮੈਪ ਦੇ ਵਿੱਚ ਤੁਸੀਂ ਕਿਤੇ ਵੀ ਜਾ ਕੇ ਦੇਖ ਸਕਦੇ ਹੋ, ਜੋ ਰੈੱਡ ਵਾਲੇ ਆ ਇਹ ਦੁਸ਼ਮਣ ਆ ਰਹੇ ਆ, ਗ੍ਰੀਨ ਵਾਲੇ ਆਪਣੇ ਫਰੈਂਡ ਆ, ਅਤੇ ਬਲੂ ਵਾਲੇ ਆਪਣੇ ਟੀਮ ਦੇ ਆ। ਅਤੇ ਹੁਣ ਜੇ ਹੋਰ ਨਵੇਂ ਮੈਂਬਰ ਸੱਦਣੇ ਆ, ਇਸ ਸਾਈਡ 'ਤੇ ਸਲਾਈਡ ਵਾਰ ਹੁੰਦਾ, ਇਹਨੂੰ ਕਲਿੱਕ ਕਰੋ। ਅਤੇ ਆ ਜਿਹੜਾ ਝੰਡਾ ਵਾ, ਝੰਡੇ ਦੇ ਉੱਤੇ ਕਲਿੱਕ ਕਰਨਾ। ਮੇਰੇ ਖਿਆਲ 'ਚ ਹਜੇ ਪੁਆਇੰਟ ਨਹੀਂ ਬਣੇ ਆਪਣੇ, ਇਸੇ ਕਰਕੇ ਹਜੇ ਨੂੰ ਬੰਦੇ ਨਹੀਂ ਆਪਾਂ ਲੈ ਸਕਦੇ। ਸੋ ਜਿਵੇਂ ਜਿਵੇਂ ਆਪਾਂ ਆਪਣਾ ਮਿਸ਼ਨ ਪਾਰ ਕਰਦੇ ਹਾਂ, ਬੰਦੇ ਮਾਰਦੇ ਹਾਂ, ਉਵੇਂ ਉਵੇਂ ਕੀ ਕਹਿੰਦੇ ਆਪਾਂ ਨੂੰ ਪੁਆਇੰਟ ਬਣਦੇ ਹੁੰਦੇ ਆ, ਅਤੇ ਉਹਨਾਂ ਦੇ ਪੁਆਇੰਟ ਦੇ ਆਧਾਰ 'ਤੇ ਆਪਾਂ ਨਵੇਂ ਆਪਣੇ ਦੂਜੇ ਬੰਦੇ ਮਿਲਟਰੀ ਸੱਦ ਸਕਦੇ। ਜਿੱਦਾਂ ਕਿ ਜਾਣ ਵਾਲਾ ਵਾ, ਮੈਨੂੰ ਕਿੱਥੇ ਕਢਾਉਣਾ ਵਾ। ਓਕੇ, got it sir, enemy is ahead, right, let's go again, keep moving, targets in the open, yes sir, give a time bomber da te nu apan let him have it, fire in cover, samne side ye sare so is lay ਫਿਲਹਾਲ ਇੱਥੇ ਹੀ ਸਹੀ ਆ, ਕਿਉਂਕਿ ਆਪਣੇ ਕੋਲ ਬੰਦੇ ਥੋੜ੍ਹੇ ਆ, ਅਤੇ ਆਪਾਂ ਜੇ ਗਾਂਹ ਚਲੇ ਗਏ ਤਾਂ ਨੁਕਸਾਨ ਹੋਊਗਾ। ਦਾ ਵੀ ਛੱਡ ਰਹੇ ਹਾਂ, ਹੋਰ ਛੱਡੋ ਜਾਂ ਡਿਸਟਰੋਏ ਹੋਇਆ। ਅਤੇ ਜਦੋਂ ਕੋਈ ਵੀ ਬੰਦਾ ਮਰ ਜਾਂਦਾ ਹੁੰਦਾ ਵਾ, ਕਿਉਂਕਿ ਆਪਾਂ ਕਾਫੀ ਟਾਈਮ ਤੱਕ ਸਟੇ ਰੱਖ ਲਿਆ, ਉਹਨੂੰ ਕਬਜ਼ਾ ਨਹੀਂ ਕਰ ਦਿੰਦਾ, ਇਸ ਲਈ ਆਪਾਂ ਨੂੰ ਹੋਰ ਜ਼ਿਆਦਾ ਬੰਦੇ ਮਰ ਗਿਆ। ਇੱਕ ਟੈਂਕ ਮਿਲ ਗਿਆ, ਸੋ ਗੇਮ ਸੇਵ ਹੋ ਰਹੀ ਆ। ਸੋ ਇੱਕ ਟੈਂਕ ਮਿਲ ਗਿਆ ਅਤੇ ਹੋਰ ਵੀ ਬੰਦੇ ਮਿਲ ਗਏ। ਸੋ ਹੁਣ ਆਪਾਂ ਨੂੰ ਆਪਣੀ ਕਰੂ ਨੂੰ ਅੱਗੇ ਲੈ ਕੇ ਜਾਣਾ। ਹੁਣ ਜਿਹਨੂੰ ਆਰਡਰ ਦਿੱਤਾ ਉਹ ਸਾਰੇ ਉੱਥੇ ਆ ਕੇ ਸਾਂਭ ਗਏ। ਸੋ ਇਹ ਬਕੂਜ ਆਏਗਾ। Your troops are now tasked with advancing into enemy positions. We are counting on you. ਸਾਰੇ ਨੂੰ ਇਸ ਉਸ ਝੰਡੇ ਕੋਲ ਲੈ ਕੇ ਜਾਣਾ। ਦੇਖ ਰਹੇ ਨਵਾਂ ਮੈਪ ਖੁੱਲ ਗਿਆ ਵਾ, ਇਸ 'ਚ ਤਿੰਨ ਫਲੈਗ ਆ ਜੋ ਕਿ ਆਪਾਂ ਕਬਜ਼ੇ 'ਚ ਕਰਨੇ। Look,
Here are some good spots to take cover as you advance on enemy positions. So step by step again, what you know? You will receive reinforcements sent by HQ, and even ability to request your own reinforcements for capturing each of the three enemy defense lines. Good luck. ਇਹਦਾ ਇੰਜਨ ਡੈਮੇਜ ਆ ਸੋ ਇਹ ਕਿਤੇ ਜਾ ਨਹੀਂ ਸਕਦੀ ਸੋ ਪਹਿਲਾਂ ਆਪਾਂ ਨੂੰ ਇਸ ਨੂੰ ਰਿਪੇਅਰ ਕਰਨੀ ਪਊਗੀ ਜੋ ਇਹ ਚਾਬੀ ਵਾਲੀ ਹੁੰਦੀ ਆ ਇਸ ਨੂੰ ਇਹ ਰਿਪੇਅਰ ਕਰੂਗਾ ਇਸ ਨਾਲ ਸੋ ਹੁਣ ਇਹ ਪਹਿਲਾਂ ਇਸ ਨੂੰ ਰਿਪੇਅਰ ਕਰੂਗਾ ਵਿੱਚੋਂ ਸਾਰਾ ਸਮਾਨ ਕੱਢ ਕੇ ਇੰਜਨ ਇਹਦਾ ਚੱਲਦਾ ਕਰੂਗਾ ਸੋ ਉਸ ਤੋਂ ਬਾਅਦ ਇਹ ਅੱਗੇ ਜਾਣ ਜੁਗਾ ਹੋਊਗਾ ਸੋ ਆਪਣਾ ਜਿਹੜਾ ਟੈਂਕ ਆ ਇਸ ਨੂੰ ਆਪਾਂ ਇੱਥੇ ਲੈ ਆਉਂਦੇ ਹਾਂ ਕਿਉਂਕਿ ਹੁਣ ਇਹਦੀ ਲੋੜ ਥੋੜ੍ਹੀ ਜਿਹੀ ਅੱਗੇ ਆ ਅਤੇ ਆਪਣਾ ਜਿਹੜਾ ਇਹ ਕਰੂ ਆ ਇਸ ਨੂੰ ਥੋੜ੍ਹਾ ਜਿਹਾ ਅੱਗੇ ਲੈ ਕੇ ਆਉਂਦੇ ਹਾਂ ਇੱਥੇ ਲੈ ਜਾ ਕੇ ਉਸ ਤੋਂ ਬਾਅਦ ਦੇਖਾਂਗੇ ਅੱਗੇ ਕਿੱਥੇ ਲੈ ਕੇ ਜਾਣੇ ਆ ਸੋ ਇਹਨੇ ਇਸ ਗੱਡੀ ਨੂੰ ਰਿਪੇਅਰ ਕਰਤਾ ਵਾ ਸੋ ਇਹਨੂੰ ਕਿਵੇਂ ਘੁਮਾਉਣ ਵਾਸਤੇ ਇਹ ਹੁਣ ਸਿੱਧੀ ਕਰੂਗਾ ਉਧਰ ਨੂੰ ਤਾਂ ਜੋ ਆਪਾਂ ਨੂੰ ਬੈਨੀਫਿਟ ਹੋਊਗਾ ਸੋ ਇੱਕ ਇਹਦੇ ਵਿੱਚ ਬੰਦਾ ਹੋਰ ਬਿਠਾਉਣਾ ਪੈਣਾ ਗੱਡੀ ਵਧਾ ਦੀ ਕੋਈ ਬੈਨੀਫਿਟ ਨਹੀਂ ਹੋਇਆ ਮਾਰ ਦੇਈਏ ਕਿ ਤਾਂ ਜੋ ਅੱਗੇ ਜਾ ਕੇ ਖੜਨ ਫੋਰਵਰਡ ਚੱਲੀਏ ਥੋੜ੍ਹਾ ਜਿਹਾ ਇਹਦੇ ਕੋਲ ਰਾਉਂਡ ਥੋੜ੍ਹੇ ਆ ਕੋਈ ਨਹੀਂ ਕਰਨਾ ਰਾਉਂਡ ਲੈ ਕੇ ਦੇਣੇ ਕਰਨਾ ਗੋਲੀਆਂ ਤੋੜੀਆਂ ਪਰ ਸਾਰੀਆਂ ਗੋਲੀਆਂ ਜੋ ਇਹਦੇ 'ਚ ਸੀਗੀਆਂ ਉਹ ਆਪਾਂ ਉਹਦੇ ਨਾਲ ਸੇਵ ਹੋਈਆਂ ਚਲੋ ਦੇਖੀਏ ਇਹਦੇ ਇਲਾਵਾ ਇਹਦੇ ਲਈ ਕੀ ਹੈ ਇਹਦੇ ਵਿੱਚ ਇਹਦੇ ਲੈ ਕੋਈ ਗੋਲੀਆਂ ਨਹੀਂ ਗੀਆਂ 11 ਗਰਨੇਡ ਰੱਖ ਲੈਂਦੇ ਹਾਂ ਆ ਗੱਡੀ ਖਰਾਬ ਆ ਸੋ ਇਹਦੇ ਵਾਲੀ ਮੇ ਵੀ ਗੰਨ ਚੱਕ ਸਕਦੇ ਆਪਾਂ ਯਾ ਚਲੋ ਇਹਦੇ ਵਾਲੀ ਗੰਨ ਚੱਕ ਲਈ ਇਹਦੇ ਵਾਲੀਆਂ ਗੋਲੀਆਂ ਵੀ ਚੱਕ ਲਈਆਂ ਸੋ ਇਹ ਗੰਨ ਵੀ ਹੁਣ ਆਪਾਂ ਕੋਈ ਲੋੜ ਨਹੀਂ ਆ ਆਪਾਂ ਗੰਨ ਵਾਪਸ ਕਰ ਦਿੰਦੇ ਹਾਂ ਗੋਲੀਆਂ ਇਹਦੇ ਵਾਲੀਆਂ ਹੋਰ ਚੱਕ ਲੈਂਦੇ ਹਾਂ ਸ਼ੋਵਲ ਐਂਡ ਬੈਗੇਜ ਚਲੋ ਇਹ ਵੀ ਰੱਖ ਲੈਣ ਕੋਈ ਗੱਲ ਨਹੀਂ ਸੋ ਇਹਦੇ ਵਾਲੀ ਗੰਨ ਵੀ ਹੁਣ ਚੱਕੀ ਹੋਈ ਆ ਅਤੇ ਇਹਨੂੰ ਆਪਾਂ ਨਾ ਇੱਥੇ ਟਾਰਗੇਟ ਕਰਦੇ ਹਾਂ ਕਿਉਂਕਿ ਹੁਣ ਇਹਦੇ ਕੋਲ ਵੱਡੀ ਗੰਨ ਆ ਓਕੇ ਆਪਣਾ ਇੱਕ ਬੰਦਾ ਮਰ ਗਿਆ ਉਹਦੀ ਪਾਵਰ ਘੱਟ ਗਈ ਸੀ ਆਪਣੇ ਆਪ ਹੀ ਪਾਵਰ ਵਧਾ ਲੈਂਦੇ ਆ ਸੋ ਆਪਾਂ ਨੂੰ ਪਾਵਰ ਵਧਾਉਣ ਦੀ ਲੋੜ ਨਹੀਂ ਪੈਂਦੀ ਇਹਦੇ ਕੋਲ ਦੇਖਿਆ ਗੱਡੀ ਵੱਡੀ ਗੰਨ ਆਪਾਂ ਰਿਸਕ ਥੋੜ੍ਹਾ ਘੱਟ ਆ ਇਸ ਚੀਜ਼ ਨਾਲ
Sobre pronto, encuentro que te quedan caballos. No vi. Un flag, te lijo un lag. So, voy a poner ahora. Yo que América da flag. O un tanja un lag. Y voy a poner cap de choque. We have captured a strategic position. Saving, okay. Don't cut out, yeah. The enemy knocked out one of our tanks nearby. See if you can repair and recover this armor. It would go a long way to ensure our victory. HQ sent us more reinforcements, along with armored support. So, apna whole tank the bande mil gaya, military mil gaya, but apna ek jo hona mission, apna ek jo ki tank si wo enemy ne napla, thoda destroy karta. चार हो गया ये गोलियां देखी क्या होगा या आ गया गोलियां सो हम किसी को गोलियां काटता वो इस तो गोलियां काट सकता तो ये बंदे मारे हो या उन बंदे आधे बच्चे पांच जो भी गन्ना होने का जो कोई भी चीज हो या वो ना कोई होने का वो सारी यहाँ पर ले सकते हैं क्योंकि होने तो कोई मशीन करना पर अपने को मिशन करने वाली है तो आपका सर पूरे राउंड ले लाएंगे गोलियां ले लाएंगे ओके यार टैंकर भी करनी शुरू कर दिया ओके गुड सो इन्हें हम टैंकर पेर हो जाएगा सो फिर टैंक अपने कब्जे हो जाएगा ते जो एल यू नो वाम मशीन गन ते ला देने हैं लिमिटेड एंड दूसरे एनिमी दी सी शायद राउंड सर्कल हो जाए या कम आ सकते हैं पर बैक साइड में बहुत जेबी जी पैदल रेड है सीधा तो थोड़ा या आगे चल छे खड़ जाए टीम एक को बंदा ही मारता चलो ऑलमोस्ट एक को बंदा रहेगा बस वो कितने लोग क्या है वाह ठीक है तो लो क्या होगा तुम इतने आजा सुबह पांच घंटा कब जिस कर गया होगा तो ला हो जा रहा पंजा तो क्यों ना वो ग्रेनेड ना सेट के लगी सेट बम बैठे आई बार पंजूगा Yes. We've captured a strategic position. मैं चक के बाहर करता। वो भी शिताया ना पूरा। तो हम बाहर हो गए चल चल चक ले। अब मारता भी। क्या चीज़ है? चलो टैंक के जवार जो। चल भी तू ही टैंक चल। Scouts report an enemy tank defending positions ahead. We must eliminate it. Excellent job. You've repaired and manned our lost tank. That should give the Germans a nice little surprise. Tank de vich almost 5 jane ya 4 jane ta vadh jande aa. So appa jehde rifle man ne unna di vadhiya nahi hundi jehdi gun na तो उन्हें नू टैंक तो बिच कर सकते हैं। That's all for progress. नहीं नहीं तू ही थी रे
Una cara en mi historia de televisión. Una de tank, dejamos la carreada. Excellent job at taking their tank out. The battalion granted you additional resources. Una de tank ni apne. Wow. ਪਰ ਆਪਾਂ ਨੂੰ ਹੁਣ ਰਿਪੇਅਰ ਕਰਾਉਣੀ ਪੈਣੀ ਆ ਕਿਉਂਕਿ ਇਹ ਚੱਲ ਫਿਰ ਨਹੀਂ ਸਕਦਾ ਤੂੰ ਕਰਨਾ ਠੀਕ ਹੈ ਤੂੰ ਰਿਪੇਅਰ ਕਰ ਅਤੇ ਸਮੋਕ ਗਰਨੇਟ ਵੀ ਥੋੜ੍ਹੀ ਜਿਹੀ ਲੈ ਲਈਏ ਵਾਓ ਇੱਕ ਟੈਂਕ ਹੋਰ ਆਇਆ ਸੀਗਾ ਬਹੁਤ ਜ਼ਿਆਦਾ ਅੜਾਇਆ ਹੁਣ ਤਾਂ ਪਰ ਟੈਂਕ ਤਾਂ ਸਿਰਫ ਤੁਰਨੋ ਫਿਰਨੋ ਹਟਾ ਦੇਣ ਤਾਂ ਵਧੀਆ ਵਾ ਕਿਉਂਕਿ ਨਹੀਂ ਤਾਂ ਫਿਰ ਆਪਾਂ ਰਿਪੇਅਰ ਕਰ ਸਕਦੇ ਆਪਣੇ ਟੈਂਕ ਦੇ ਵਿੱਚੋਂ ਵੀ ਧੂੰਏ ਨਿਕਲਣ ਲੱਗ ਗਿਆ ਜੀ ਇਹ ਤਾਂ ਇੰਜਨ ਥੋੜ੍ਹਾ ਖਰਾਬ ਕਰਤਾ ਉਹਨਾਂ ਨੇ ਕੋਈ ਨਹੀਂ ਆਪਾਂ ਰਿਪੇਅਰ ਕਰਨ ਵਾਸਤੇ ਕਹਿ ਦਿੰਦੇ ਹਾਂ ਆਪਣੇ ਆਪ ਵਿੱਚੋਂ ਨਿਕਲੂਗਾ ਫਿਰ ਰਿਪੇਅਰ ਕਰੂਗਾ ਇਸ ਟੈਂਕ ਦੀ ਰਿਪੇਅਰ ਕਰ ਰਿਹਾ ਹੁਣ ਉਹਦਾ ਹੁੱਡ ਖਰਾਬ ਹੋ ਗਿਆ ਸੀਗਾ ਟੈਂਕ ਨੂੰ ਵੀ ਅੱਗੇ ਕਰਦੇ ਹਾਂ ਤੁਸੀਂ ਵੀ ਅੱਗੇ ਚੱਲੋ ਇੱਥੇ ਆ ਜਾਓ ਬਾਕਸ ਚੱਕ ਦੇਣਾ ਬਾਕਸ ਚੱਕ ਦੇਣਾ ਇੱਕ ਤਾਂ ਦੇਖ ਕੇ ਨਹੀਂ ਤੁਰਦੇ ਨਹੀਂ ਤਾਂ ਉਹ ਬਾਕਸ ਦੇ ਵਿੱਚ ਜੋ ਚੀਜ਼ਾਂ ਸੀਗੀਆਂ ਹਥਿਆਰ ਸੀਗੇ ਗੋਲੀਆਂ ਸੀਗੀਆਂ ਉਹ ਆਪਣੇ ਕੰਮ ਆਉਂਦੀਆਂ ਸੀਗੀਆਂ ਪਰ ਹੁਣ ਉਹਦੇ ਲਵੀ ਗਏ ਆਪਾਂ ਸੋ ਇਹ ਇੱਕ ਡਰਾਈਵਰਿੰਗ 'ਤੇ ਹੋ ਗਿਆ ਇੱਕ ਗਰਨ ਗੋਲੀ ਛੱਡਣ 'ਤੇ ਹੋ ਗਿਆ ਅਤੇ ਇੱਕ ਗੋਲੀਆਂ 'ਤੇ ਹੋ ਗਿਆ ਇਹ ਵੀ ਇੱਕ ਹੋਰ ਇੱਕ ਬੰਦਾ ਮਾਰ ਸਕਦੇ Maybe not sure. This thing is like okay. What did you get? Yeah, here we go. Maybe he nishana ban ke darshan waste sar ko te waste ban gaya. ਆਪਾਂ ਹੁਣ ਅੱਗੇ ਚਲ ਗਏ ਇਹ ਜੋ ਪਾਣੀ 'ਚ ਪਿਆ ਬੰਦਾ ਇਹਨੂੰ ਵੀ ਸਕੈਨ ਕਰ ਲਈਏ ਇਹਦੇ ਕੋਲ ਕੀ ਪਤਾ ਕੁਛ ਨਾ ਕੁਛ ਚੰਗੇ ਹਥਿਆਰ ਨੇ ਗੋਲੀਆਂ ਨਿਕਲੇ ਹੋਣ ਯਾ ਜੋ ਇਹਨੂੰ ਚਾਹੀਦੀਆਂ ਗੋਲੀਆਂ ਸਾਰੀਆਂ ਇਹਦੇ ਕੋਲ ਹੈਗੀਆਂ ਅਤੇ ਆਪਾਂ ਨੂੰ ਇਹ ਗੋਲੀ ਦੀ ਲੋੜ ਨਹੀਂ ਇਸ ਲਈ ਇਹਦੀ ਥਾਂ 'ਤੇ ਆਹ 100 ਗੋਲੀਆਂ ਅਸੀਂ ਰੱਖ ਲੈਂਦੇ ਹਾਂ ਓਕੇ ਤੋ ਇੱਥੇ ਆ ਜਾ ਹਾਂ ਵੇਖ ਬੰਦਾ ਇੱਥੇ ਖੜਾ ਵਾ ਇੱਥੇ ਗ੍ਰਨੇਡ ਸੁੱਟ ਦਿੰਦੇ ਹਾਂ ਪਰ ਉਹ ਰੂਹ ਪਹਿਲਾਂ ਹੀ ਮਰ ਗਿਆ ਉਹ ਜਿਹੜੇ ਇਹ ਦੋ ਬੰਦੇ ਆ ਇਹਨਾਂ ਨੂੰ ਵੀ ਅੱਗੇ ਭੇਜੀਏ ਫੇਰ ਹੀ ਸਾਰੇ ਉੱਤੇ ਕਬਜ਼ਾ ਹੋਊਗਾ ਹੌਲੀ ਹੌਲੀ ਤੁਸੀਂ ਵੀ ਆ ਜਾਓ ਅੱਗੇ ਇਹ ਕਿਹੜੇ ਵੇਲੇ ਪਹੁੰਚੂਗਾ ਤੈਰ ਕੇ ਖੜ ਕੇ ਚੱਲ ਚੱਕਾ ਕਾ ਉਹ ਜਿਹੜਾ ਬੇਸ ਆ ਨਾ ਉਹ ਹਰ ਵੀ ਕਰਨਾ ਪੈਣਾ ਹਰ ਫੇਰ ਹੋ ਗਿਆ ਚੱਲ ¿Qué es eso? ¿Qué es eso? No tengo que hacer nada de ningún estilo. ਪਾਣੀ ਨੂੰ ਪਲਾਂ ਦੇਣਾ ਚੱਕਦੇ
hablado. Shitty Lord of the Dead. Yeah, holding the train here. Chal, Shitty. Lord of the Dead, more of a mystic TV. Let's get the town out and a bunch of the way. Lord, that is what you're going to do. This is the country that I'm going to do. This is the country. ਥੋੜ੍ਹੇ ਜਿਹੇ ਬੰਦੇ ਤਾਂ ਉਹਨਾਂ ਦੇ ਆਸੇ ਪਾਸੇ ਖੜੇ ਸੀ ਉਹਦੇ ਚੱਕੇ ਦੇ ਪਰ ਉਹ ਬੰਦੇ ਹੋਰ ਭੇਜ ਰਹੇ ਆ ਸੋ ਫਿਰ ਟਰਾਈ ਕਰਦੇ ਹਾਂ ਇਹਨਾਂ ਤੋਂ ਉਹਨੂੰ ਚੱਕਣ ਦੀ ਟਰਾਈ ਕਰਨੀ ਪੈਣੀ ਆ ਹਾਂ ਇਹ ਤਾਂ ਨਿਸ਼ਾਨਾ ਲੱਗ ਗਿਆ ਬਹੁਤ ਵਧੀਆ ਨਿਸ਼ਾਨਾ ਸੀ ਸੋ ਜਿਹੜਾ ਆਪਣਾ ਇੱਥੇ ਖੜਾ ਸੀ ਇਹਨੂੰ ਕੁਛ ਹੋਇਆ ਤਾਂ ਨਹੀਂ ਬਚਤਾ ਇਹਦੀ ਬਾਕੀ ਦੇ ਟੈਂਕ ਵੀ ਇੱਥੇ ਕਹਾਂ ਲੈ ਕੇ ਹੈਗੇ ਸੋ ਰਾਈਫਲ ਮੈਨ ਇਹਦੇ ਕੋਲ ਮੇਰੇ ਕੋਲ ਤੇ ਰਾਈਫਲ ਵਾਲੀਆਂ ਗੋਲੀਆਂ ਸੀਗੀਆਂ ਸੋ ਦੇਖਦੇ ਹਾਂ ਸਕੈਨ ਕਰਕੇ ਹੁਣ ਨਹੀਂ ਇਹਦੇ ਕੋਲ ਗਰਨੇਟ ਲੈ ਲੈਂਦੇ ਹਾਂ ਪਰ ਰਾਈਫਲ ਹੈ ਨਹੀਂ ਇਹਦੇ ਕੋਲ ਕੋਈ ਇਹਨਾਂ ਦਾ ਜਿਹੜਾ ਬੰਦਾ ਆਪਾਂ ਮਾਰੇ ਸੀ ਉਹਨਾਂ ਨੂੰ ਦੇਖ ਲੈਂਦੇ ਹਾਂ ਇੱਥੇ ਕੀ ਚੀਜ਼ ਆ ਮਸ਼ੀਨ ਗੰਨਾ ਨਹੀਂ ਬਣਾ ਸਕਦਾ ਮੈਂ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਇਹਦੇ ਕੋਲ ਹੁਣ ਗੰਨਾ ਤਾਂ ਹੈ ਨਹੀਂ ਗੀ ਅਤੇ ਇਹਨੂੰ ਕਹਿੰਦੇ ਹਾਂ ਕਿ ਇਹ ਟੈਂਕ ਨੂੰ ਰਿਪੇਅਰ ਕਰ ਦੇ ਤਾਂ ਬੜਾ ਵਧੀਆ ਵਾ ਐਨਮੀ ਬੈਠੀ ਲੱਗਦੀ ਹੈ ਤਾਂ ਇਸ ਨੂੰ ਪਰਦੇ ਨਹੀਂ ਕਰ ਸਕਦੇ ਅਸੀਂ ਪਹਿਲਾਂ ਆਪਾਂ ਇਹਦੇ ਤੋਂ ਜਨਰੇਟ ਸੈੱਟ ਵੀ ਦਿੱਤੀ ਹੈ ਰਾਈਫਲ ਮੈਨ ਵਾਲਿਆਂ ਦੀਆਂ ਗੋਲੀਆਂ ਖਤਮ ਹੋ ਜਾਂਦੀਆਂ ਬਾਕੀ ਇਹਦੇ ਬਚ ਜਾਂਦੇ ਆ ਤੁਸੀਂ ਵੀ ਚੱਲੋ ਅੱਗੇ ਪਹਿਲਾਂ ਇਹਨਾਂ ਨੂੰ ਸਕੈਨ ਕਰ ਲਓ ਰਾਈਫਲ ਮੈਨ ਵਾਲੀਆਂ ਗੋਲੀਆਂ ਚਾਹੀਦੀਆਂ ਵਾ ਦੇਖੋ ਕਿਹਦੇ ਕੋਲ ਮਰ ਸਕਦੀਆਂ ਜਾਂ ਇਹਦੇ ਕੋਲ ਹੈਗੀਆਂ ਸਾਰੀਆਂ ਨੂੰ ਲਾ ਗਰਨੇਟ ਵੀ ਲੈ ਲਾ ਬੈਂਡੇਜ ਵੀ ਲੈ ਲਾ ਮੈਗਜ਼ੀਨ ਵੀ ਲੈ ਲਾ ਓਕੇ ਦੈਟਸ ਗੁੱਡ ਹਾਂ ਇੱਥੇ ਆ ਜਾਓ ਤੂੰ ਇੱਥੇ ਇਕੱਲਾ ਕਰਨ ਦਾ ਕੋਈ ਪਤਾ ਨਹੀਂ ਗਿਆ ਤੂੰ ਇੱਥੇ ਤੁਸੀਂ ਵੀ ਇੱਥੇ
ਸਾਰੇ ਜਣੇ ਆ ਜਾਓ ਅੱਗੇ ਵਧੀਏ ਥੋੜਾ ਥੋੜਾ ਕੀ ਸਕੈਨ ਕਰ ਸਕੈਨ ਕਰ ਸਕਦਾ ਪਰ ਆਪਣੇ ਕੰਮ ਦੀਆਂ ਚੀਜ਼ਾਂ ਕੋਈ ਨਹੀਂ ਗਿਆ ਕੀ ਕਰ ਸਕਦਾ ਕਰ ਸਕਦਾ ਇਹਦਾ ਮਤਲਬ ਹੋਈ ਵੀ ਇਹਦੇ ਵਿੱਚ ਬੰਦੇ ਹੈਗੇ ਆਪਾਂ ਇਹ ਬਖੂਜ਼ਨ ਥੋੜ੍ਹਾ ਮਹਿੰਗੇ ਲੱਗ ਜਾਂਦੇ ਹਾਂ ਕਿਉਂਕਿ ਇਹਦੀਆਂ ਗੋਲੀਆਂ ਬਹੁਤ ਹੀ ਚੱਲਦੀਆਂ ਹੁੰਦੀਆਂ ਕੋਫਰ ਦਿੰਦੇ ਇੱਥੇ ਗ੍ਰੇਨੇਡ ਸਿੱਟਣ ਦੀ ਤਾਂ ਜੋ ਜਿਹੜੇ ਵਿੱਚ ਬੰਦੇ ਬੈਠੇ ਆ ਬਾਹਰ ਨਿਕਲ ਸਕਣ ਕੋਈ ਨਿਕਲਿਆ ਬਾਹਰ ਕੋਈ ਨਿਕਲ ਰਿਹਾ ਬਹੁਤ ਵੱਡੀ ਗਲਤੀ ਹੋ ਗਈ ਦੇਖੀ ਨੀ ਪਹਿਲਾਂ ਸੋ ਹੁਣ ਇਸਦਾ ਹੀ ਨਿਸ਼ਾਨਾ ਲੱਗ ਗਿਆ ਪਹਿਲਾਂ ਦੇਖ ਨਿਸ਼ਾਨਾ ਲਾ ਸਕਦੇ ਹਾਂ ਯੈਸ ਇਹਦਾ ਕਮਾਂਡ ਚੱਲ ਨਿਸ਼ਾਨਾ ਲਾ ਸੋ ਆਪਾਂ ਆਪਦੀ ਮਰਜ਼ੀ ਦੇ ਨਾਲ ਨਿਸ਼ਾਨਾ ਲਾ ਦਿੰਦੇ ਫਿਰ ਨਹੀਂ ਨਿਸ਼ਾਨੇ ਲਾ ਰਹੇ ਇੱਥੇ ਖੜਾ ਥੋੜ੍ਹਾ ਕੋਠੇ ਦੇ ਕਰਕੇ ਤਾਂ ਛੇਤੀ ਗੋਲੇ ਦਾ ਨਿਸ਼ਾਨਾ ਵੱਜਦਾ ਨਹੀਂ ਗਾ ਨਿਸ਼ਾਨਾ ਤਾਂ ਬਹੁਤ ਵਧੀਆ ਸੀਗਾ ਪਰ ਤੋਫ ਤੇ ਨਹੀਂ ਵੱਜਿਆ ਤੋ ਬਚ ਗਿਆ ਬੰਦੇ ਜਿਹੜੇ ਨਾਲ ਸੀਗੇ ਉਹ ਮਰ ਗਏ ਪਰ ਆਪਾਂ ਤੋਫ ਵੀ ਉਡਾ ਕੇ ਛੱਡਾਂਗੇ ਚਲੋ ਬਸ ਕਰ ਤੋਫ ਵੀ ਉੱਡ ਗਈ ਤੋਫ ਦੇ ਗਰਾ ਦਿੱਤਾ ਗਿਆ ਬੰਦੇ ਵਿੱਚ ਹੀ ਲੱਗ ਗਿਆ ਇਹ ਜਿੱਥੇ ਆਪਣੇ ਕੋਲ ਚਾਰ ਟੈਂਕ ਸੀ ਉੱਥੇ ਆਪਣੀ ਗਲਤੀ ਵੀ ਕਰਕੇ ਸਿਰਫ ਹੀ ਦੋ ਟੈਂਕ ਨੇ ਸੋ ਆਪਾਂ ਹੁਣ ਦੇਖੋ ਆਪਣਾ ਆਪਣੇ 1000 ਪੁਆਇੰਟ ਹੋ ਗਏ ਆ ਅਤੇ ਹੁਣ ਆਪਾਂ ਬੰਦੇ ਵੀ ਹੋਰ ਸੱਦ ਸਕਦੇ ਹਾਂ ਤੋਪ ਵੀ ਸੱਦ ਸਕਦੇ ਹਾਂ ਅਤੇ ਟੈਂਕ ਵੀ ਸੱਦ ਸਕਦੇ ਹਾਂ ਪਰ ਹਜੇ ਆਪਾਂ ਨੂੰ ਇਹ ਆਪਣਾ ਲਾਸਟ ਮਿਸ਼ਨ ਆ ਇਸ ਲਈ ਕਿਸੇ ਦੀ ਲੋੜ ਨਹੀਂ ਕਿਉਂਕਿ ਥੋੜ੍ਹੇ ਜਿਹੇ ਬੰਦੇ ਰਹਿੰਦੇ ਆ ਇਹ ਸੋ ਆਪਾਂ ਖੁਦ ਹੀ ਖਤਮ ਕਰ ਦਾਂਗੇ ਰੱਖੋ ਤੇਰੀਆਂ ਰਾਈਫਲ ਦੀਆਂ ਗੋਲੀਆਂ ਵੀ ਨੁਕਦੀਆਂ ਤੂੰ ਇਸ ਟੈਂਕ 'ਚ ਹੀ ਹੈਗਾ ਗਨ ਕੋਲ ਨਾ ਕੁੱਤ ਚਲਾਏਂਗੇ ਯਾਰ ਮਸ਼ੀਨ ਗਨ ਤੇ ਹੋ ਗਿਆ ਚਲੋ ਥੋੜ੍ਹਾ ਅੱਗੇ ਚਲ ਕੇ ਦੇਖੀਏ ਯਾਰ
ਸੋ ਮਿਸ਼ਨ ਆਪਾਂ ਕੰਪਲੀਟ ਕਰ ਲਿਆ ਵਾ, ਮਿਸ਼ਨ ਪਾਸ ਕਰ ਲਿਆ, ਹੁਣ ਨਵੇਂ ਮਿਸ਼ਨ ਤਿਆਰ ਹੋ ਗਏ ਆ, ਚੱਲਾਂਗੇ ਹਮਾਰੇ ਦੋਸਤਾਂ ਵਾਲੇ ਵੀਡੀਓ।